पंजाब विच सरकार बदलिया डेढ़ साल तो वादा समा हो चुका है, पर शेरे पंजाब महाराजा रणजीत सिंह दा जन्म दिहाड़ा मनाउण दा ख्याल उन्हां नूं हले तक नहीं आया। साबका मुख्यमंत्री पंजाब प्रकाश सिंह बादल ने 21 साल पहला महाराजा रणजीत सिंह दे जन्म दिन उपर उन्हां दे जन्म स्थान अते नानका संगरूर दे पिंड वडरुखा विच राज पद्धर समागम दौरान घोड़े उपर सवार कांसे दा बुत स्थापित करन दा वादा कीता सी। करीब डेढ़ साल पहला पंचायत कोल बुत पहुंचिया सी, पर बुत दी शकल महाराजा रणजीत सिंह दे नाल ना मिलन करके पंचायत ने बुत लगाउण तो मना कर दिता सी। अलाउंसमेंट तां 19-20 साल पहला कीती गई सी, सुखबीर सिंह बादल वल्लों अलाउंसमेंट कीती गई सी। स्टेट पद्धर दा जिहड़ा समागम सीगा सरकारी तौर ते उहदे विच इहनां ने कहा सीगा वी इत्थे कांसी दा बुत लगूगा। उस तों बाद इक फंक्शन ते प्रकाश सिंह बादल आए, उहनां ने कहा वी असीं तुहानूं बुत भेजदे हां। लेकिन 2014-15 ਦੇ ਵਿੱਚ ਰਜੇਸ਼ ਧਮਾਨ ਐਸਡੀਐਮ ਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਵੀ ਅਸੀਂ ਤੁਹਾਨੂੰ ਬੁੱਤ ਭੇਜ ਰਹੇ ਹਾਂ। ਜਦੋਂ ਬੁੱਤ ਆਇਆ ਤਾਂ ਉਹ ਬਿਨਾਂ ਘੋੜੇ ਤੋਂ ਇੱਕ ਸਿੰਪਲ ਆਮ ਬੰਦੇ ਦਾ ਬੁੱਤ ਹੁੰਦਾ ਜਿਵੇਂ, ਉਹ ਸਾਡੇ ਕੋਲੇ ਪਹੁੰਚਿਆ ਜਿਹਨੂੰ ਅਸੀਂ ਇਸ ਤਰ੍ਹਾਂ ਕਿਤੇ ਨਹੀਂ ਲਾਵਾਂਗੇ। ਇਹ ਬੁੱਤ ਸਰਕਾਰ ਦਾ ਸਾਡੇ ਕੋਲੇ ਪਿਆ, ਹੁਣ ਮੌਕੇ ਦੀ ਸਰਕਾਰ ਆ ਜਿਹੜੀ, ਉਹ ਵੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਸ ਬੁੱਤ ਨੂੰ ਬਦਲ ਕੇ ਸਾਨੂੰ ਘੋੜੇ 'ਤੇ ਸਵਾਰ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਕਾਂਸੀ ਦਾ ਬੁੱਤ ਭੇਜਿਆ ਜਾਵੇ। ਹਾਂਜੀ ਬਿਲਕੁਲ ਅਧੂਰਾ, ਅਸੀਂ ਇਸ ਤਰ੍ਹਾਂ ਦਾ ਬੁੱਤ ਆ ਜਿਹੜਾ ਉਹ ਲਾਭ ਨਹੀਂ ਸਕਦੇ, ਅਸੀਂ ਵਾਪਸ ਵੀ ਨਹੀਂ ਕਰਿਆ। ਉਸ ਬੰਦੇ ਆਏ ਸੀਗੇ ਵੀ ਇਹ ਬੁੱਤ ਸਾਨੂੰ ਵਾਪਸ ਕਰ ਦਿਓ, ਅਸੀਂ ਆਖਿਆ ਜਦੋਂ ਸਾਨੂੰ ਸਹੀ ਬੁੱਤ ਭੇਜੋਗੇ ਅਸੀਂ ਉਦੋਂ ਇਹ ਤੁਹਾਡਾ ਬੁੱਤ ਵਾਪਸ ਕਰ ਦਾਂਗੇ। ਥੜਾ ਇਸੇ ਤਰ੍ਹਾਂ ਮੌਜੂਦ ਅਸੀਂ ਦੇਖਿਆ ਉੱਥੇ, ਉਹ ਥੜਾ ਖੁਦ ਗ੍ਰਾਮ ਪੰਚਾਇਤ ਨੇ ਆਪ ਤਿਆਰ ਕਰਾਇਆ ਸੀ, ਬੜੇ ਵੀ ਅਸੀਂ ਉਹਦੇ ਉੱਪਰ ਲਾਵਾਂਗੇ, ਲੇਕਿਨ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਦਬੀਆਂ ਹੀ ਰਹਿ ਗਈਆਂ, ਅੱਜ ਤੱਕ ਸਾਡੇ ਪੱਲੇ ਕੁਛ ਨਹੀਂ ਹੈ। ਅਸੀਂ ਤਾਂ ਜੀ ਬਹੁਤ ਦੁਖੀ ਹਾਂ ਇਸ ਗੱਲ ਤੋਂ ਵੀ ਜੋ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਾਂਸੀ ਦਾ ਬੁੱਤ ਭੇਜਣ ਵਾਸਤੇ, ਉਹ ਨਹੀਂ ਭੇਜਿਆ, ਇਸ ਕਰਕੇ ਸਾਡੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚਾਈ ਉਹਨਾਂ ਨੇ। ਅਸੀਂ ਚਾਹੁੰਦੇ ਹਾਂ ਵੀ ਹੁਣ ਮੌਜੂਦਾ ਸਰਕਾਰ ਹੈ ਜਿਹੜੀ ਉਹ ਕਾਂਸੀ ਦਾ ਬੁੱਤ ਭੇਜ ਕੇ ਸਾਡੀਆਂ ਭਾਵਨਾਵਾਂ ਨੂੰ ਸੰਪੂਰਨ ਕਰੇ। ਇਸ ਮੌਕੇ ਜਦੋਂ ਪਿੰਡ ਦੀ ਪੰਚਾਇਤ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦਾ ਇਹ ਨਾਨਕਾ ਪਿੰਡ ਹੈ, ਇਹਦੀਆਂ ਸਾਡੀਆਂ ਯਾਦਾਂ ਜੁੜੀਆਂ ਨੇਗੀਆਂ। ਇਹਨਾਂ ਦਾ ਅਸੀਂ ਹਰ ਸਾਲ ਕਈ ਸਾਲ ਤੋਂ ਲੈ ਕੇ ਜਨਮ ਦਿਹਾੜਾ ਮਨਾਉਂਦੇ ਆ ਰਹੇ ਹੈਗੇ। ਜਿਹੜਾ ਇਹ ਜਗ੍ਹਾ ਬਣੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੋਂ ਗੁਰੂ ਘਰ ਬਣਿਆ ਹੈਗਾ, ਇਹਦੀ ਸੇਵਾ ਜਥੇਦਾਰ ਬਾਬਾ ਹਰਮਾਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਉਹਨਾਂ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਬਾਬੂ ਸਿੰਘ ਜੀ ਪਹਿਲਾਂ ਤੋਂ ਜਿੱਦਾਂ ਕੰਮ ਚੱਲਿਆ ਉਦੋਂ ਕਰਵਾਉਂਦੇ ਆ ਰਹੇ ਨੇ, ਹੁਣ ਵੀ ਉਹੀ ਕਰਵਾ ਰਹੇ ਨੇ। ਪਹਿਲਾਂ ਸਰਕਾਰੀ ਪੱਧਰ 'ਤੇ ਮਨਾਇਆ ਗਿਆ ਸੀਗਾ 10-2 ਸਾਲ ਪਹਿਲਾਂ, ਜਦੋਂ ਬਾਦਲ ਸਰਕਾਰ ਸੀਗੇ ਉਹਨਾਂ ਨੇ ਐਲਾਨ ਕਰਿਆ ਸੀਗਾ ਵੀ ਅਸੀਂ ਕਾਸੀ ਦਾ ਬੁੱਤ ਭੇਜਾਂਗੇ। ਪਰ ਮੇਰਾ ਖਿਆਲ ਹੈ ਵੀ ਹੁਣ ਉਹਨਾਂ ਦੇ ਇਹ ਗੱਲਾਂ ਹੀ ਰਹਿ ਗਈਆਂ, ਸਾਡੇ ਕੋਲ ਕੁਛ ਨਹੀਂ ਹੈਗਾ। ਸਾਡੇ ਕੋਲ ਫਾਈਬਰ ਦਾ ਬੁੱਤ ਭੇਜਿਆ ਉਹਨਾਂ ਨੇ, ਉਹ ਵੀ ਮੈਨੂੰ ਪਿਆ ਬਿਨਾਂ ਘੋੜ ਤੋਂ ਭੇਜਿਆ ਗਿਆ ਸਰਪੰਚ ਸਾਹਿਬ ਦੇ ਘਰੇ ਪਿਆ ਜੀ। ਅਸੀਂ ਤਾਂ ਇਹ ਮੰਗ ਕਰਨੀ ਚਾਹੁੰਦੇ ਹਾਂ ਜੀ, ਜਿਸ ਤਰ੍ਹਾਂ ਐਡਾ ਵੱਡਾ ਰਾਜਾ ਹੋਇਆ ਉਹਦਾ ਉਸੇ ਤਰ੍ਹਾਂ ਦਾ ਬੁੱਤ ਲੱਗਣਾ ਚਾਹੀਦਾ ਹੈ। ਹਰ ਨਗਰ ਦੀ ਸਾਡੀ ਮੰਗ ਹੈ ਵੀ ਕਮ ਸੇ ਕਮ ਕਾਸੀ ਦਾ ਬੁੱਤ ਤਾਂ ਹੋਵੇ, ਘੋੜੇ ਦੇ ਉੱਤੇ ਹੋਵੇ, ਜਿਹੜਾ ਉਹਨਾਂ ਦੇ ਨਾਂ ਦੇ ਪਾਰਕ ਬਣਾਇਆ ਉਹ 'ਚ ਲੱਗਣਾ ਚਾਹੀਦਾ। ਇਸ ਮੌਕੇ ਜਦੋਂ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਲਈ ਜੋ ਮਹਾਰਾਜਾ ਰਣਜੀਤ ਸਿੰਘ ਕੀ ਸਟੈਚੂ ਕੋ ਲੈ ਕੇ ਇਹ ਮਸਲਾ ਹੈ ਬਡਰੁਖਾ ਗਾਂਵ ਕਾ, ਇਹ ਮੇਰੇ ਨੋਟਿਸ ਮੇਂ ਲਾਇਆ ਗਿਆ ਥਾ ਕਿ ਆਜ ਸੇ ਕੁਛ 1.5-2 ਸਾਲ ਪਹਿਲੇ ਕੁਛ ਡਿਪਾਰਟਮੈਂਟ ਆਫ ਕਲਚਰ ਜਿਤਨਾ ਮੁਝੇ ਬਤਾਇਆ ਗਿਆ, ਆਈ ਨੀਡ ਟੂ ਚੈੱਕ ਵੀ ਇਹ ਡਿਪਾਰਟਮੈਂਟ ਕੌਨ ਸੀ ਡਿਪਾਰਟਮੈਂਟ ਕੀ ਤਰਫ ਸੇ ਆਇਆ ਹੈ। तो ये हम डिपार्टमेंट ऑफ कल्चर के डायरेक्टर के नोटिस में मैं ऑलरेडी लेके आ चुका हूँ कि ये ऐसा मसला है, उनके भी ऑफ हैंड नोटिस में नहीं था, तो वो इस पे रिक्वायर्ड कार्रवाई करेंगे कि ये लोगों की डिमांड है कि इस पे कांसे का जो है ब्रॉन्ज स्टैचू इसमें लगाई जाए। सो ये डिमांड हम कंसर्न डिपार्टमेंट के साथ रेज कर रहे हैं।